ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਢੰਡੀ ਖੁਰਦ ਦੇ ਰਹਿਣ ਵਾਲੇ ਬਲਵੰਤ ਸਿੰਘ ਨੇ ਆਪਣੀ ਪਤਨੀ ਪਰਮਜੀਤ ਕੌਰ ਦੀ ਡੰਡਿਆਂ ਨਾਲ ਕੁੱਟ ਕੁੱਟ ਕੇ ਇਸ ਲਈ ਹੱਤਿਆ ਕਰ ਦਿੱਤੀ ਕਿ ਉਸ ਨੂੰ ਉਸਦੇ ਚਾਲ ਚੱਲਣ ਤੇ ਸ਼ੱਕ ਸੀ। ਹੱਤਿਆ ਦੇ ਬਾਅਦ ਦੋਸ਼ੀ ਖੁਦ ਹੀ ਪੁਲਿਸ ਥਾਣੇ ਵਿੱਚ ਪੇਸ਼ ਹੋ ਗਿਆ। ਦੱਸਿਆ ਜਾ ਰਿਹਾ ਦੋਸ਼ੀ ਬਲਵੰਤ ਸਿੰਘ ਦਾ ਵਿਆਹ ਕਰੀਬ 15 ਸਾਲ ਪਹਿਲਾਂ ਪਰਮਜੀਤ ਕੌਰ ਨਾਲ ਹੋਇਆ ਸੀ। ਮੌਕੇ ਤੇ ਫਾਜ਼ਿਲਕਾ ਹਸਪਤਾਲ ਵਿੱਚ ਖੜ੍ਹੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਉਹਨਾਂ ਨੂੰ ਫੋਨ ਤੇ ਸੂਚਨਾ ਮਿਲੀ ਸੀ ਕਿ ਉਹਨਾਂ ਦੇ ਲੜਕੀ ਦੀ ਮੌਤ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਉਸਦੇ ਪਤੀ ਬਲਵੰਤ ਸਿੰਘ ਦੁਆਰਾ ਉਹਨਾਂ ਦੀ ਲੜਕੀ ਪਰਮਜੀਤ ਕੌਰ ਦੀ ਇੰਨੀ ਬੇਦਰਦੀ ਨਾਲ ਲੱਕੜੀ ਦੇ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ ਕਿ ਉਸਦੀ ਹੱਤਿਆ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੀ ਹੱਤਿਆ ਦੇ ਦੋਸ਼ੀ ਦੇ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਇਨਸਾਫ ਦੇਣ ਦੀ ਮੰਗ ਕੀਤੀ ਹੈ। ਮਸਲਾ ਇਹ ਅੱਜ ਕੱਲ੍ਹ ਲੋਕ ਕੰਮ ਘੱਟ ਕਰਦੇ ਨੇ, ਜ਼ਿਆਦਾ ਬੀਵੀਆਂ ਕੋਲ ਕੰਮ ਲੈਂਦੇ ਨੇ। ਕੋਈ ਲੜਾਈ ਝਗੜਾ ਤਾਂ ਇਹਦੇ ਹੀ ਹੋਇਆ ਹੋਣਾ, ਉਹਨੇ ਕੰਮ ਬਾਰੇ ਨਾਂ ਲਿਆ ਹੋਣਾ ਵੀ ਰੋਜ਼ੀ ਰੋਟੀ ਬਾਰੇ ਦਿਹਾੜੀ ਲੱਗੋ ਜਾਂ ਕੁਛ। ਉੱਥੋਂ ਲੜਾਈ ਚਾਲੂ ਲੜਜੇ ਰਾਤ ਵੀ ਕੋਈ ਨਾਂ ਕੋਲ ਲੈਂਦੀ ਹੈ ਜਾਂ ਕੋਈ ਹੋਰ ਨਸ਼ਾ ਨੁਸ਼ਾ ਕਰਦਾ ਉਹ ਸ਼ਾਇਦ। ਬਾਕੀ ਬਹੁਤ ਮਾੜੀ ਹੋਈ ਜੀ, ਇਸ ਤਰ੍ਹਾਂ ਬੱਚਿਆਂ ਨਾਲ ਕੁੜੀਆਂ ਨਾਲ ਹੋਣ ਲੱਗੇ ਤਾਂ ਬਣੇ ਦਾ ਕੀ, ਵੱਧ ਤੋਂ ਵੱਧ ਇਸ ਬੰਦੇ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ। ਮਾਰਨ ਹੁਣ ਇੱਥੇ ਤਾਂ ਉਹਨਾਂ ਲਿਆਂਦੀ ਲਾਸ਼ ਵੀ ਸੋਟੀਆਂ ਦੇ ਨਿਸ਼ਾਨ ਨੀਲ ਪਏ ਹੋਏ ਨੇ। ਬਾਕੀ ਡਾਕਟਰ ਸਾਹਿਬ ਨੇ ਲਿਖਿਆ ਹੀ ਮਿਲਾਜਾ ਹੋਇਆ ਜੋ ਆਪਾਂ ਦੇਖਦੇ ਕਹਿੰਦੇ ਵੀ ਇਨਸਾਫ ਮਿਲੇ ਇਨਸਾਨ ਨੂੰ, ਗਰੀਬ ਨੂੰ ਜਿਹਨਾਂ ਦਾ ਬੱਚਾ। ਕਿੰਨੇ ਕੁੱਟਿਆ ਜੀ? ਉਹਦੇ ਬੰਦੇ ਨੇ ਕੁੱਟਿਆ ਜੀ। ਕੀ ਨਾਂ ਹੈ ਜੀ? ਬਲਵੰਤ ਸਿੰਘ, ਕੋਟ ਟੰਡੀ ਦਾ ਰਹਿਣ ਵਾਲਾ ਹੈ। ਆਪ ਹੀ ਪੁਲਿਸ ਦੇ ਪੇਸ਼ ਹੋਇਆ ਹੈ। ਕਿਸੇ ਹੋਰ 'ਤੇ ਇਲਜ਼ਾਮ ਲਾਇਆ ਸੀ, ਬਾਅਦ 'ਚ ਪੁਲਿਸ ਨੇ ਦੋ ਚਾਰ ਲਾਈਆਂ ਅਤੇ ਫਿਰ ਬਾਅਦ 'ਚ ਆਪ ਮੰਨ ਕੇ ਕਹਿੰਦਾ ਮੈਂ ਹੀ ਮਾਰਿਆ। ਪਹਿਲਾਂ ਹੋਰ ਕਿਸੇ ਇਲਜ਼ਾਮ ਲਾਉਂਦਾ ਸੀ, ਫਿਰ ਬਾਅਦ 'ਚ ਸੱਚਾਈ ਦੱਸ ਕੇ ਵੀ ਮੈਂ ਹੀ ਮਾਰਿਆ। ਦੱਸਿਆ ਕਿਵੇਂ ਮਾਰਿਆ ਜਾਂ ਕਿਵੇਂ? ਨਹੀਂ ਜੀ, ਸਾਨੂੰ ਤਾਂ ਡੈਥ ਤੋਂ ਬਾਅਦ ਫੋਨ ਆਇਆ ਸੀ। ਹੋਰ ਕੋਈ ਸਾਨੂੰ ਤਾਂ ਨਵਾਂ ਹੋਇਆ ਜੇ ਫੋਨ ਆਇਆ ਸੀ ਅਤੇ ਫਿਰ ਤੁਹਾਡੀ ਸਿਸਟਰ ਦੀ ਡੈਥ ਹੋ ਗਈ ਹੈ। ਅਸੀਂ ਗਏ ਸੀ ਅਤੇ ਉੱਥੇ ਮੰਨ ਲਓ ਕੁੱਟ ਮਾਰ ਕਰਕੇ ਮਾਰਿਆ ਹੋਇਆ ਸੀ। ਪੁੱਛ ਦੱਸ ਕੀਤੀ ਅਤੇ ਕੱਲ੍ਹ ਦਾ ਦੱਸੀ ਜਾਂਦੇ ਹਾਂ ਵੀ ਕੱਲ੍ਹ 4 ਵਜੇ ਦੀ ਲੜਾਈ ਹੋਈ ਸੀ ਕੁੱਟ ਮਾਰ ਕਰਕੇ ਰਾਤ ਨੂੰ ਮਾਰ ਕਰ। ਕਿੰਨੀ ਦੇਰ ਹੋਈ ਸੀ ਵਿਆਹ ਨੂੰ? ਵਿਆਹ ਨੂੰ ਤਾਂ ਕਰੀਬ 15 ਸਾਲ। ਬੱਚਾ ਨਹੀਂ? ਨਹੀਂ। ਕਾਰਨ ਕੀ ਬੰਦਾ ਸੀ ਕੱਲ੍ਹ ਕੁੱਟ ਮਾਰ ਦਾ, ਲੜਾਈ ਦਾ? ਕਾਰਨ ਅਜੇ ਪਤਾ ਨਹੀਂ ਚੱਲਿਆ ਜੀ, ਉਹ ਤਾਂ ਉਹਨਾਂ ਨੂੰ ਪਤਾ ਹੈ। ਪਤਾ ਨਹੀਂ ਕਿਹਦੇ ਨਾਲ ਕੁੱਟਿਆ ਸੀ, ਜ਼ਖਮੀ ਜ਼ਖਮ ਕਾਫੀ ਲੱਤਾਂ ਦੇ ਹੱਥਾਂ ਦੇ ਬਣੇ ਸੀ। ਮੰਗ ਹੀ ਉਹ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ। ਪਹਿਲਾਂ ਇੱਕ ਵਾਰੀ ਝਗੜਾ ਹੋਇਆ ਸੀ, ਸਾਨੂੰ ਇੱਥੋਂ ਲੈ ਗਏ ਸੀ ਮਨ ਮਨਾ ਕਰਕੇ ਅਤੇ ਪੰਚਾਇਤ ਪਿੰਡ ਤੋਂ ਸੀ। ਉਦੋਂ ਬਾਅਦ ਨਹੀਂ ਚੱਲਿਆ। ਅਤੇ ਕੱਲ੍ਹ ਕੀ ਗੱਲ ਹੋਈ, ਕੋਈ ਪਤਾ ਲੱਗਿਆ? ਕੱਲ੍ਹ ਸਾਨੂੰ ਤਾਂ ਨਹੀਂ, ਅੱਜ ਮਰੀ ਦਾ ਹੀ ਫੋਨ ਆਇਆ। ਕਿਹੜੇ ਪਿੰਡ ਦੇ? ਉਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਪੌਲਾ ਸਿੰਘ ਨੇ ਦੱਸਿਆ ਕਿ ਪਿੰਡ ਢੰਡੀ ਖੁਰਦ ਨਿਵਾਸੀ ਬਲਵੰਤ ਸਿੰਘ ਨੇ ਆਪਣੀ ਪਤਨੀ ਦੇ ਚਾਲ ਚੱਲਣ ਤੇ ਸ਼ੱਕ ਦੇ ਕਾਰਨ ਉਸਦੀ ਡੰਡਿਆਂ ਨਾਲ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸੇ ਦੇ ਆਧਾਰ ਤੇ ਕਾਰਵਾਈ ਕੀਤੀ ਜਾਏਗੀ। ਢੰਡੀ ਖੁਰਦ ਆਦਮੀ ਹੈ ਬਲਵੰਤ ਸਿੰਘ, ਉਹਨੂੰ ਆਪਦੇ ਘਰ ਦੇ ਚਾਲ ਚੱਲਣ ਦੇ ਸ਼ੱਕ ਸੀ। ਉਹਨੇ ਡੰਡੇ ਨਾਲ ਉਹਨੂੰ ਕੁੱਟਮਾਰ ਕੀਤੀ, ਉਹਨਾਂ ਦੀ ਮੌਤ ਹੋ ਗਈ। ਇਹ ਮਾਮਲਾ ਸਾਡੇ ਕੋਲ ਆਇਆ ਸੀ, ਉਹਦੇ ਭਰਾ ਲੜਕੀ ਦੇ ਭਰਾ ਦੇ ਬਿਆਨਾਂ ਨੂੰ ਲੈ ਕੇ ਮਾਮਲਾ ਦਰਜ ਕੀਤਾ, ਉਹਦਾ ਪੋਸਟਮਾਰਟਮ ਵਿੱਚ ਕਰਾ ਰਹੇ ਹਾਂ। ਉਸ ਤੋਂ ਅੱਗੇ ਜੋ ਜੋ ਵੀ ਤਫਤੀਸ਼ ਚੱਲੇਗੀ, ਜੋ ਆਊਗਾ ਉਹਦੇ ਮੁਤਾਬਕ ਕਰ ਪਹੁੰਚ ਰਹੇ ਨੇ। ਕਿੰਨੀ ਦੇਰ ਹੋਈ ਸੀ ਇਹਨਾਂ ਦੇ ਜਿਹੜੇ ਵਿਆਹ ਹੋਏ? ਇਹ ਸ਼ਾਦੀ ਹੋਏ ਨੂੰ ਕਰੀਬ 15-18 ਸਾਲ ਹੋ ਗਏ ਜੀ, 17 ਸਾਲ ਹੋ ਗਏ ਨੇ, ਬੱਚਾ ਨਹੀਂ ਗਾ ਕੋਈ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।